ਪਰ ਬਾਬਾ ਜੀ ਤੇ ਕਦੀ ਵੀ ਰੋਸ ਨਹੀਂ ਪ੍ਰਗਟ ਕਰਨਾ ਚਾਹੀਦਾ ਕਿ ਬਾਬਾ ਜੀ ਅਸੀਂ ਤੁਹਾਡੇ ਚਰਨਾਂ 'ਚ ਜੁੜੇ, ਸਾਨੂੰ ਮੁੱਧਤਾ ਹੋ ਗਈ ਹੈ ਸਾਨੂੰ। ਦੋਸਤੋ ਰਾਮ ਰਾਮ ਸਾਰਿਆਂ ਨੂੰ। ਅੱਜ ਸਾਡੇ ਘਰੇ ਪ੍ਰਭਾਤ ਫੇਰੀ ਆ, ਬਾਬਾ ਜੀ ਦੀ ਪ੍ਰਭਾਤ ਫੇਰੀ। ਉਹਦੇ ਲਈ ਮੈਂ ਸਭ ਤੋਂ ਪਹਿਲਾਂ ਮੈਂ ਜਾਣਾ ਮੰਡੀ, ਜੋ ਹਲਵਾਈ ਨੇ ਸਮਾਨ ਲਿਖਿਆ ਹੋਇਆ ਮੰਡੀ, ਮੰਡੀ ਲਈ ਅਸੀਂ ਹੋ ਗਏ ਰਵਾਨਾ। ਠੀਕ ਆ, ਦੇਖੋ ਜੀ, ਸਾਡੇ ਘਰ ਤੋਂ 2 ਕਿਲੋਮੀਟਰ ਆ ਮੰਡੀ, ਸਬਜ਼ੀ ਮੰਡੀ ਜਾ ਕੇ ਤੁਹਾਨੂੰ ਦਿਖਾਉਣਾ ਸਬਜ਼ੀ ਮੰਡੀ। ਫਰੈਸ਼ ਫਰੈਸ਼ ਸਬਜ਼ੀ ਮਿਲਦੀ ਉੱਥੇ। ਸਬਜ਼ੀ ਮੰਡੀ ਪਹੁੰਚ ਗਿਆ ਮੈਂ, ਚੈੱਕ ਕਰੋ, ਅਜੇ ਹਨੇਰਾ ਹੀ ਆ, ਸਵੇਰ ਦੇ 6 ਵੱਜ ਗਏ ਆ, ਸਭ ਸਵੇਰ ਦੇ 6 ਵੱਜ ਗਏ। ਫਰੈਸ਼ ਸਬਜ਼ੀ ਮਿਲਦੀ ਜੀ, ਚੈੱਕ ਕਰੋ, ਫਰੈਸ਼ ਸਬਜ਼ੀ ਹਨ, ਤਾਜ਼ਾ ਸਬਜ਼ੀ। ਜਿਹੜੇ ਲੁਧਿਆਣਾ ਸ਼ਿਵਪੁਰੀ ਦੇ ਕੋਲ ਜਾਂ ਬਸਤੀ ਜੋਧੇਵਾਲ, ਬਾਹਰੋਂ ਬਾਹਰੋਂ ਵੀ ਲੋਕ ਇੱਥੋਂ ਸਬਜ਼ੀ ਲੈਣ ਆਉਂਦੇ ਆ, ਵਿਆਹ ਸ਼ਾਦੀ ਲਈ ਹਲਵਾਈ, ਫਰੈਸ਼ ਸਬਜ਼ੀ ਇੱਥੋਂ, ਐਨ ਫਰੈਸ਼ ਸਬਜ਼ੀ, ਨਾਲੇ ਵਧੀਆ ਰੇਟ 'ਤੇ ਸਬਜ਼ੀ ਅਸੀਂ ਇੱਥੋਂ ਲਿੱਤੀ। ਅਤੇ ਸਬਜ਼ੀ ਚੱਕ ਕੇ ਗੱਡੀ 'ਚ ਪਾ ਲਈ ਅਸੀਂ, ਹੁਣ ਸਾਰੀ ਸਬਜ਼ੀ ਆਪਾਂ ਲੈ ਲਈ ਆ। ਹੁਣ ਆਪਾਂ ਇੱਥੋਂ ਹੋ ਰਿਹਾ ਰਵਾਨਾ ਘਰ ਦੇ ਲਈ, ਦਿਨ ਚੜ੍ਹ ਗਿਆ ਹੈ, ਘਰ ਪਹੁੰਚ ਗਏ ਆਪਾਂ। ਹਲਵਾਈ ਲੱਗੇ ਹੋਏ ਦੇਖੋ, ਚੈੱਕ ਕਰੋ, ਹਲਵਾਈ ਤੋਂ ਬਾਅਦ ਸ਼ਾਮ ਨੂੰ ਫਿਰ ਦੇਖੋ ਬੀਬੀ ਆਈਆਂ, ਰੋਟੀ ਬਣਾ ਰਹੀ, ਰੁਮਾਲੀ ਰੋਟੀ, ਲੰਗਰ ਵਿੱਚ ਰੁਮਾਲੀ ਰੋਟੀ ਲਵਾਉਣੀ ਹੈ, ਰੁਮਾਲੀ ਰੋਟੀ। ਅਤੇ ਉਸ ਤੋਂ ਬਾਅਦ ਨੀਚੇ ਸਾਡੀ ਗਲੀ 'ਚ ਲੱਗ ਰਹੇ ਸੀ ਟੈਂਟ, ਦੇਖੋ ਟੈਂਟ ਦੀ ਤਿਆਰੀ ਹੋ ਰਹੀ ਆ, ਟੈਂਟ ਟੁੰਟ ਲੱਗ ਗਏ ਆ ਜੀ, ਦੇਖੋ ਟੈਂਟ। ਉਸ ਤੋਂ ਬਾਅਦ ਫਿਰ ਡੀ ਜੇ ਵਾਲਿਆਂ ਨੇ ਆਵਾਜ਼ ਮਾਰੀ, ਭਾਅ ਜੀ ਡੀ ਜੇ ਆ ਗਏ ਆ, ਦੇਖੋ ਡੀ ਜੇ ਆ ਗਏ, ਫਿਰ ਡੀ ਜੇ ਵਾਲਿਆਂ ਨੇ ਡੀ ਜੇ ਸੈੱਟ ਕੀਤੇ, ਮਿਊਜ਼ਿਕ ਮਿਊਜ਼ੀਸ਼ੀਅਨ ਡੀ ਜੇ ਵਾਲਿਆਂ ਡੀ ਜੇ ਸੈੱਟ ਕੀਤੇ। ਫਿਰ ਉਸ ਤੋਂ ਬਾਅਦ ਅਸੀਂ ਭਵਨ ਸੈੱਟ ਕੀਤਾ ਜੀ, ਭਵਨ ਸੈੱਟ ਕੀਤਾ, ਫਰੂਟ ਲਾਏ ਜੀ। ਹੁਣ ਤੁਸੀਂ ਸੁਣੋ ਬਾਬਾ ਜੀ ਦੀਆਂ ਭੇਟਾਂ, ਜੈ ਬਾਬੇ ਦੀ। ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੈ, ਜੇ ਤੁਸੀਂ ਬਾਹਰ ਕਿਤੇ ਵੀ ਕਿਸੇ ਨੂੰ ਪੁੱਛ ਲਓ, ਅਗਲਾ ਕਹਿੰਦਾ ਕਿੱਥੇ ਰਹਿੰਦੇ, ਲੁਧਿਆਣੇ 'ਚ, ਬਸਤੀ ਜੋਧੇਵਾਲ, ਨਿਊ ਸੁਭਾਸ਼ ਨਗਰ, ਉੱਥੇ ਜਿੱਥੇ ਬਾਬੇ ਬਾਲਨਾਥ ਦਾ ਮੰਦਰ ਆ, ਕਿਸੇ ਨੂੰ ਵੀ ਪੁੱਛ ਲਓ, ਜਲੰਧਰ ਚੱਲ ਜਾਓ, ਫਗਵਾੜੇ ਚੱਲ ਜਾਓ, ਫਲੌਰ ਚੱਲ ਜਾਓ, ਇੱਧਰ ਖੰਡੇ ਚੱਲ ਜਾਓ, ਆਂਦਾ 35 ਸੱਟੇ ਵਾਲਾ ਇਹ ਕਹਿੰਦਾ ਕਿੱਥੇ ਜੀ, ਜਿੱਥੇ ਬਾਬਾ ਬਾਲਨਾਥ ਜੀ ਦਾ ਮੰਦਰ ਹੈ, ਤੁਸੀਂ ਉਹਦੇ ਲਾਗੇ ਛਾਗੇ ਰਹਿੰਦੇ ਹਾਂ। ਅਸੀਂ ਭਗਤ ਗੁਰਬੀਰ ਜੀ ਦੇ ਬੜੇ ਉਪਾਸਕ ਹਾਂ, ਬਾਬਾ ਜੀ ਦੇ ਬੜੇ ਉਪਾਸਕ ਹਾਂ, ਇਹਨਾਂ ਦਾ ਨਾਮ ਵੀ ਬੜੇ ਫਖਰ ਨਾਲ ਲਿੱਤਾ ਜਾਂਦਾ ਹੈ, ਇੱਕ ਵਾਰੀ ਇਹਨਾਂ ਦੇ ਨਾਮ 'ਤੇ ਤਾੜੀ ਮਾਰੋ। ਪਰ ਬਾਬਾ ਜੀ ਤੇ ਕਦੀ ਵੀ ਰੋਸ ਨਹੀਂ ਪ੍ਰਗਟ ਕਰਨਾ ਚਾਹੀਦਾ ਕਿ ਬਾਬਾ ਜੀ ਅਸੀਂ ਤੁਹਾਡੇ ਚਰਨਾਂ 'ਚ ਜੁੜੇ, ਸਾਨੂੰ ਮੁੱਧਤਾ ਹੋ ਗਈ ਹੈ, ਸਾਨੂੰ ਕੁਛ ਨਹੀਂ ਮਿਲਿਆ। ਉਹ ਫਲਾਨਾ ਬੰਦਾ ਹੁਣ ਜਾਣਾ ਸ਼ੁਰੂ ਹੋਇਆ ਆ, ਅੱਜ ਉਹ ਗੱਡੀਆਂ 'ਚ, ਕੱਲ੍ਹ ਉਹ ਸਾਈਕਲਾਂ 'ਤੇ ਜਾਂਦਾ ਸੀ ਗੱਡੀਆਂ 'ਚ। ਇਹਨਾਂ ਫਕੀਰਾਂ ਨੂੰ ਪੁੱਛ ਕੇ ਦੇਖੋ ਫਕੀਰੀ ਕਿੰਨੀ ਔਖੀ। ਰੱਬ ਰੱਬ ਕਰਦੇ ਬੁੱਢੇ ਹੋ ਗਏ,
ਇੱਕ ਇੱਕ ਗੱਲ ਸੁਣ ਲੈਣੀ ਹੈ ਕਿ ਮੈਂ ਮਤਲਬ ਕੀ ਬਾਤ ਕਰਤਾ ਹੂੰ, ਮੁਝਸੇ ਇਧਰ ਉਧਰ ਕੀ ਬਾਤ ਨਹੀਂ ਹੋਤੀ। ਪਰ ਦੋ ਮੈਂ ਮਤਲਬ ਕੀ ਬਾਤ ਕਰਤਾ ਹੂੰ, ਮੁਝਸੇ ਇਧਰ ਉਧਰ ਕੀ ਬਾਤ ਨਹੀਂ ਹੋਤੀ। ਮੇਰੀ ਬਾਤੋਂ ਮੇਂ ਮਜ਼ਾਕ ਹੋ ਸਕਤਾ ਹੈ, ਮਗਰ ਮੇਰੀ ਹਰ ਬਾਤ ਮਜ਼ਾਕ ਨਹੀਂ ਹੋਤੀ। ਕਿ ਰੱਬ ਰੱਬ ਕਰਦੇ ਬੁੱਢੇ ਹੋ ਗਏ ਪੰਡਿਤ ਮੁੱਲਾ ਭਾਈ, ਉਹ ਰੱਬ ਦੀ ਖੋਜ ਖਬਰ ਮਿਲੀ ਨਾ ਤੇ ਐਵੇਂ ਕੀਤੀ ਮਗਜ ਖਪਾ, ਤੇ ਐਵੇਂ ਕੀਤੀ ਮਗਜ ਖਪਾ। ਮਾਲਾ ਮੋਸੇ ਕਹਿਣੇ ਲਗੀ, ਕਿ ਮਾਲਾ ਮੋਸੇ ਕਹਿਣੇ ਲਗੀ, ਤੂੰ ਕਿਉਂ ਫੇਰਤ ਮੋਹੇ, ਮਨ ਕਾ ਫੇਰ ਲੇ, ਰੱਬ ਆਪ ਮਿਲੇਗਾ ਤੋਹੇ। ਓ ਮਨ ਕਾ ਫੇਰ ਲੇ, ਰੱਬ ਆਪ ਮਿਲੇਗਾ ਤੋਹੇ। ਮਾਲਾ ਫਿਰੇ ਤੇਰੇ ਹੱਥ ਮੇ, ਜੀਭ ਫਿਰੇ ਮੁਖ ਮਾਹੀ, ਮਨ ਫਿਰੇ ਤੇਰਾ ਚਾਰੋਂ ਦਿਸ਼ਾਓ। ਰਤਨ ਮਈਆ ਦੇ ਅੱਖ ਦੇ ਤਾਰੇ, ਰਤਨ ਮਈਆ ਦੇ ਅੱਖ ਦੇ ਤਾਰੇ, ਹਰ ਖਾਮੀ ਸਾ ਭੋਗ ਲਗਾਲੇ ਜੋਗਿਆ ਇਹ ਭੋਗ।